ਉਹ ਵੀਰੇ ਇਹ ਨਾ ਆਪਣੇ ਇੰਡੀਅਨ ਨੇ ਨਾ ਮਜ਼ਾਕ ਸਮਝਦੇ ਨੇ ਇਹ ਗੱਲ ਨੂੰ ਮਜ਼ਾਕ। ਸਾਨੂੰ ਇਟਲੀ ਦੇ ਵਿੱਚ ਹੈਲਥ ਦੇ ਵਿੱਚ ਦੂਜੇ ਨੰਬਰ 'ਤੇ ਆ, ਆਪਣੇ ਵਾਲਾ 114ਵੇਂ ਨੰਬਰ 'ਤੇ ਆ ਹੈਲਥ 'ਚ। ਮੁੜ ਕੇ ਅੱਧੀ ਇੰਡੀਆ ਖਾਲੀ ਹੋਜੂ ਜੇ ਇਹ ਗੱਲ ਨੂੰ ਤੁਸੀਂ ਬਿਮਾਰੀ ਨੂੰ ਉੱਦਾਂ ਅਣਗੌਲੀ ਕਰਤੀ। ਵੀਰੇ ਸਾਡੇ ਅੱਜ 15 ਦਿਨ ਹੋ ਗਏ, ਨਾ ਆ ਸਕਦੇ ਹਾਂ ਨਾ ਜਾ ਸਕਦੇ ਹਾਂ, ਜਾਂ ਅਸੀਂ ਡਾਕਖਾਨੇ ਜਾ ਸਕਦੇ ਹਾਂ ਅਤੇ ਜਾਂ ਸਟੋਰ 'ਚੋਂ ਸਮਾਨ ਲਿਆ ਸਕਦੇ ਹਾਂ। ਕਰੋੜਾਂ ਦਾ ਘਾਟਾ ਪੈ ਗਿਆ ਵੀਰੇ, ਸ਼ੇਅਰ ਮਾਰਕੀਟਾਂ ਬੰਦ ਹੋ ਗਈਆਂ। ਇਹ ਤਾਂ ਮਜ਼ਾਕ ਉਡਾਉਂਦੇ ਨੇ, ਆਪਣੇ ਇੰਡੀਆ ਵਾਲੇ ਗਾਣੇ ਕੱਢ ਲਏ, ਕਦੇ ਬੋਲੀਆਂ ਪਾ ਲਈਆਂ, ਇਹਨਾਂ ਦੇ ਥੁੱਕ ਨਹੀਂ ਲੰਘਣਾ ਕਿਸੇ ਦੇ ਬੁੱਲਾਂ ਦੇ ਜੀ ਫੇਰ ਕੇ ਨਾ। ਇੱਥੇ ਸਾਨੂੰ ਪਤਾ ਵੀ ਅਸੀਂ ਕਿਵੇਂ ਕੱਢਦੇ, ਹੁਣ ਆਏ ਅਸੀਂ ਇੰਡੀਆ ਘਰੇ ਕੋਈ 10 ਦਿਨ ਨਹੀਂ ਹੈਗੇ, ਰੋਜ਼ ਅੱਧਾ ਪਿੰਡ ਖਤਮ ਹੁੰਦਾ, ਅੱਧਾ ਪਿੰਡ ਵੀਰੇ 1000 ਵੋਟ ਆਪਣੇ ਹੁੰਦੀ ਆ, 1000 ਬੰਦਾ ਰੋਜ਼ ਮਰਦਾ ਇੱਥੇ, ਪਰ ਸਾਤੋਂ ਥੋੜ੍ਹੀ ਜਿਹੀ ਫਰਕ ਨਾਲ ਆ ਵੀਰੇ। ਹੱਥ ਹੁੱਥ ਸਫਾਈ ਸਫੂਈ ਆਪਦੀ ਰੱਖੋ ਵੀਰ, ਬਣ ਕੇ ਜਿਹਨੂੰ ਮਾੜੀ ਮੋਟੀ ਖੰਘ ਜ਼ੁਕਾਮ ਹੁੰਦੀ ਆ ਉਹਦੇ ਡਾਕਟਰ ਦੇ ਨਾ ਵਗ ਜਾਓ, ਇਹ ਨੋਰਮਲ ਦੇ ਨਾਲ ਕਈ ਵਾਰ ਤਾਂ ਹੁੰਦਾ, ਉਹਨੂੰ ਵੀ ਚੱਕਣਾ, ਇਹ ਸਾਲੇ ਉੱਦਾਂ ਹੀ ਚੱਕਣ ਲੱਗ ਗਏ ਹੁਣ ਇੰਡੀਆ ਵੀ, ਜਿਹਨੂੰ ਮਾੜਾ ਜਿਹਾ ਖੰਘ ਹੋ ਗਿਆ ਉਹਨੂੰ ਕਹਿ ਦੇਣਾ ਕਰਤਾ ਕਰੋਨਾ, ਆ ਗਿਆ ਕਰੋਨਾ, ਲੈ ਜਾਓ ਚੱਕ ਕੇ, ਆਪਦੀਆਂ ਦਵਾਈਆਂ ਦਵੂਈਆਂ ਘਰੇ ਹੀ ਲੈ ਕੇ ਰੱਖੋ, ਰਾਸ਼ਨ ਰੂਸ਼ਨ ਚੱਕ ਲਓ, ਇਹਦਾ ਕੋਈ ਪਤਾ ਨਹੀਂ ਵੀਰੇ। ਸਾਨੂੰ 22 ਤਰੀਕ ਤੱਕ ਕਿਹਾ ਸੀ, ਹੁਣ 22 ਤੋਂ ਦੁਬਾਰੇ 20 ਦਿਨ ਇਹਨਾਂ ਨੇ ਹੋਰ ਵਧਾ ਦੇਣੇ ਨੇ। ਗਰੁੱਪ ਵਾਲੇ ਵੀਰਾਂ ਨੂੰ ਆਇਆ ਵੀ ਇਹਨੂੰ ਸੀਰੀਅਸ ਲਓ, 0 ਤੋਂ ਲੈ ਕੇ 14 ਸਾਲ ਦੇ 15 ਸਾਲ ਦੇ ਬੱਚਿਆਂ ਦੀ ਵੀਰੇ ਵੱਧ ਕੇਅਰ ਕਰੋ, ਹੱਥ ਹੁੱਥ ਸਾਫ਼ ਕਰਾਓ। ਉੱਧਰੋਂ 50-55 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਚਮੇਟ 'ਚ ਲੈਂਦਾ ਇਹ, ਨਹੀਂ ਸਾਰੇ ਜਿਵੇਂ ਆਪਣੇ ਯੰਗ ਬਲੱਡ ਨੇ ਇਹਨਾਂ ਦਾ ਠੀਕ ਆ, ਜੇ ਕਿਸੇ ਨੂੰ ਬਿਮਾਰੀ ਮੂਰੀ ਹੋਵੇ ਉਹ ਗੱਲ ਜੁਦਾ, ਵੀ ਇਹਨਾਂ ਦੀ ਮੌਤ ਬਹੁਤ ਘੱਟ ਹੁੰਦੀ ਆ, ਯਾਨੀ ਕਿ 100 ਦੇ ਵਿੱਚੋਂ ਤੁਸੀਂ ਲਾ ਲਓ 60% ਆ ਜਿਹੜਾ ਯਾਨੀ ਕਿ ਯੰਗ ਬਲੱਡ ਨੂੰ ਉਹ ਕਰਦਾ ਨਹੀਂ, ਬੱਚੇ ਨੇ ਜਾਂ ਬਜ਼ੁਰਗ ਨੇ। ਇਹ 2 ਚੀਜ਼ਾਂ ਸਾਂਭੋ ਆਪਣੀਆਂ, ਸਫਾਈ ਸਫੂਈ ਰੱਖੋ ਵੀਰੇ, ਘਰਦਿਆਂ ਨੂੰ ਮਾੜਾ ਮੋਟਾ ਸਮਝਾ ਦਿਓ, ਹੈ ਨਾ, ਇਹ ਮਜ਼ਾਕ ਨਾ ਲਓ ਵੀਰੇ ਗੱਲ। ਸਾਡੇ ਤਾਂ ਹੁਣ ਤਕਰੀਬਨ 1.5 ਮਹੀਨਾ ਹੋ ਗਿਆ ਇਹੀ ਉਸ ਨੂੰ, ਸਾਰੇ ਗਰੁੱਪ ਵਾਲਿਆਂ ਨੂੰ ਵੀਰੇ ਬੇਨਤੀ ਹੋਈ ਆ ਵੀਰੇ ਮਜ਼ਾਕ ਨਾ ਸਮਝੋ ਗੱਲ ਦਾ। ਇਹ ਤਾਂ ਆਪਣੀ ਨਾ ਸਰਕਾਰ ਇਹੋ ਜਿਹੀ ਆ ਵੀ ਅਸੀਂ 1 ਨੰਬਰ 'ਤੇ ਹਾਂ, ਸਾਡੇ ਕਰੋਨਾ ਦੀਆਂ ਮੌਤਾਂ ਘੱਟ ਹੋਈਆਂ, ਤਾਂ ਗੱਲਾਂ ਹੀ ਲੁਕੋਈ ਜਾਂਦੇ ਨੇ। ਇਟਲੀ ਦੇ ਵਿੱਚ ਵੀਰੇ ਰੋਜ਼ ਖਬਰਾਂ ਆਉਂਦੀਆਂ, ਤੁਹਾਨੂੰ ਮੈਂ ਲਿੰਕ ਭੇਜ ਦੂੰ ਜੇ ਇਜਾਜ਼ਤ ਹੋਵੇ, ਪਤਾ ਲੱਗ ਜੂ ਬੰਦੇ ਨੂੰ ਵੀ ਹਾਂ ਵੀ ਗੱਲ ਕੀ ਆ। ਇੱਕ ਪਿੰਡ ਵੀਰੇ 900, 1000, 500 ਤਾਂ ਕਦੇ ਹੀ ਹੁੰਦਾ, ਜਿਹੜਾ ਨਹੀਂ 1000 ਬੰਦਾ ਮਰਦਾ ਹੀ ਮਰਦਾ,